ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਨੇ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਤੁਹਾਨੂੰ ਅੱਜ ਤੋਂ ਬਾਅਦ ਟਿਊਬਲ ਦੇ ਬਿੱਲ ਭਰਨ ਦੀ ਲੋੜ ਨਹੀਂ। ਅੱਜ 20-25 ਸਾਲ ਹੋ ਗਏ ਪੰਜਾਬ ਵਿੱਚ ਕਿਸਾਨ ਟਿਊਬਲਾਂ ਦੇ ਬਿੱਲ ਨਹੀਂ ਭਰਦੇ। ਤਕਰੀਬਨ 6,000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਨੂੰ ਅਸੀਂ ਬਿਜਲੀ ਮਹਿਕਮੇ ਨੂੰ ਦਿੰਦੇ ਹਾਂ, ਪਰ ਪੰਜਾਬ ਦਾ ਕਿਸਾਨ ਟਿਊਬਲ ਭਰਨ ਵਾਸਤੇ ਜਲਦਾ ਨਹੀਂ ਕਿਉਂਕਿ ਉਹਨੂੰ ਲੋੜ ਨਹੀਂ ਬਾਦਲ ਸਾਹਿਬ ਦਾ ਫੈਸਲਾ ਹੈ। ਮੈਂ ਉਮੀਦ ਕਹਿਣਾ ਚਾਹੁੰਦਾ ਆਪਾਂ ਨੂੰ ਲੋੜ ਹੈ ਉਹ ਪਾਰਟੀਆਂ ਜਿਹੜੀਆਂ ਜ਼ਮੀਨ ਨਾਲ ਜੁੜੀਆਂ ਹੋਣ, ਤੁਹਾਡੇ ਘਰਾਂ ਨਾਲ ਜੁੜੀਆਂ ਹੋਣ, ਜਿਨ੍ਹਾਂ ਨੂੰ ਤੁਹਾਡੀ ਤਕਲੀਫ ਹੋਣ ਦਾ ਪਤਾ ਹੋਵੇ, ਉਹ ਪਾਰਟੀਆਂ ਨਹੀਂ ਜਿਹੜੀਆਂ ਇਕੱਲੀਆਂ ਹਵਾ 'ਚ ਰਹਿਣ, ਜਿਹੜੀਆਂ ਇਕੱਲੇ ਮਾਹੌਲ ਤੇ ਹਵਾ ਨਾਲ ਜੁੜੀਆਂ ਹੋਣ। ਉਹ ਲੀਡਰ ਚਾਹੀਦੇ ਜਿਹੜੇ ਤੁਹਾਡੇ ਵਿੱਚ ਰਹਿਣ, ਤੁਹਾਡੇ ਦੁੱਖ ਸੁੱਖ ਚਾਹੁਣ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਲਗਾਤਾਰ ਪੰਜਾਬ ਤੱਕ ਰਹਿ, ਕਿਉਂਕਿ ਆ ਪਾਰਟੀ ਜਨ ਤਕਰੀਬ ਦੀ ਪਾਰਟੀ ਹੈ, ਪਿੰਡਾਂ ਦੇ ਟਿਕੀ ਹੋਈ ਪਾਰਟੀ ਹੈ।